ਗੱਬਰ ਖਾਲਸਾ ਮੁਰਦਾਬਾਦ 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 ਆਤੰਕਵਾਦੀ ਸੰਗਠਨ ਮੁਰਦਾਬਾਦ 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 ਗੱਬਰ ਖਾਲਸਾ ਮੁਰਦਾਬਾਦ 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 ਆਤੰਕਵਾਦੀ ਸੰਗਠਨ ਮੁਰਦਾਬਾਦ 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 ਖਾਲਿਸਤਾਨ ਮੁਰਦਾਬਾਦ 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 ਕਬਰਾਂਡੀ ਮੰਡੀ ਮੁਰਦਾਬਾਦ ਮੁਰਦਾਬਾਦ ਖਾਲਿਸਤਾਨ ਮੁਰਦਾਬਾਦ 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 ਖਾਲਿਸਤਾਨ ਮੁਰਦਾਬਾਦ 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 ਹਿੰਦੁਸਤਾਨ ਜਿੰਦਾਬਾਦ 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 ਹਿੰਦੁਸਤਾਨ ਜਿੰਦਾਬਾਦ 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 ਸਿੱਧੂ ਮੂਸੇਵਾਲਾ ਜੋ ਆਤੰਕਵਾਦੀ ਆਪਣੇ ਆਪ ਨੂੰ ਬੱਬਰ ਖਾਲਸਾ ਦਾ ਏਜੰਟ ਆਖਦਾ ਆ ਉਹਦਾ ਪੁਤਲਾ ਚਲਾਇਆ ਤੇ ਨਾਲ ਹੀ ਬੱਬਰ ਖਾਲਸਾ ਜੋ ਕਿ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਇੱਥੇ ਹਿੰਦੂ ਸਿੱਖ ਭਾਈਚਾਰੇ ਨੂੰ ਵੱਖ ਵੱਖ ਕਰਕੇ ਖਾਲਿਸਤਾਨ ਦੀ ਮੰਗ ਉਠਾ ਰਹੇ ਨੇ ਇਹਨਾਂ ਦੇ ਖਿਲਾਫ ਅੱਜ ਸੰਘਰਸ਼ ਕਰਦੇ ਹੋਏ ਸ਼ਿਵ ਸੈਨਾ ਹਿੰਦੂ ਰਾਸ਼ਟਰ ਟੀਮ ਨੇ ਅੱਜ ਸਿੱਧੂ ਮੂਸੇਵਾਲਾ ਪੰਜਾਬੀ ਸਿੰਗਰ ਜਿਸਨੇ ਬੀਤੇ ਦਿਨ ਹੀ ਸਟੇਜ ਦੇ ਉੱਤੇ ਲਾਈਵ ਆ ਕੇ ਕਿਹਾ ਕਿ 2009 ਤੋਂ ਮੇਰੇ ਜੋ ਕਿ ਬੁਲਟ ਦੇ ਉੱਤੇ ਬੱਬਰ ਖਾਲਸਾ ਦਾ ਸਟਿੱਕਰ ਲੱਗਾ ਹੋਇਆ ਹੈ ਤੇ ਆਪਣੇ ਆਪ ਨੂੰ ਬੱਬਰ ਖਾਲਸਾ ਦਾ ਏਜੰਟ ਦੱਸਿਆ ਤੇ ਇਹ ਜੋ ਕਿ ਆਉਣ ਵਾਲੇ ਨੌਜਵਾਨਾਂ ਦੇ ਨੂੰ ਫਿਊਚਰ ਦੇ ਵਿੱਚ ਆਪਣੇ ਫੈਨ ਨੂੰ ਬੱਬਰ ਖਾਲਸਾ ਦੇ ਨਾਲ ਜੋੜ ਰਿਹਾ ਉਤਸ਼ਾਹਿਤ ਕਰ ਰਿਹਾ ਬੱਬਰ ਖਾਲਸਾ ਦੇ ਨਾਲ ਜੋੜਨ ਲਈ ਉਸ ਦੇ ਖਿਲਾਫ ਅੱਜ ਸੰਘਰਸ਼ ਕਰਦੇ ਹੋਏ ਸਿੱਧੂ ਮੂਸੇਵਾਲਾ ਪੰਜਾਬੀ ਸਿੰਗਰ ਤੇ ਬੱਬਰ ਖਾਲਸਾ ਦਾ ਪੁਤਲਾ ਫੂਕਿਆ ਗਿਆ।